ਭੈਣ ਦਾ ਘਰ ਉਜਾੜ ਦਿੱਤਾ ਸੀ, ਸੁਹਾਗ ਉਜਾੜ ਦਿੱਤਾ ਸੀ, ਤਾਂ ਚੂੜਾ ਵੀ ਨਹੀਂ ਅਜੇ ਭੈਣ ਦੇ ਹੱਥਾਂ 'ਚੋਂ ਲੱਥਾ ਸੀ, ਤਾਂ ਭਰਾਵਾਂ ਨੇ ਉਸਦਾ ਸੁਹਾਗ ਉਜਾੜ ਦਿੱਤਾ ਸੀ। ਹੁਣ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ। ਜਦੋਂ ਇਹ ਤਸਵੀਰ ਸਾਹਮਣੇ ਆਈ ਸੀ ਤਾਂ ਹਰ ਇੱਕ ਦੀ ਅੱਖ ਨਮ ਹੋ ਗਈ ਸੀ। ਚੂੜਾ ਹੱਥਾਂ 'ਚੋਂ ਲੱਥਾ ਨਹੀਂ ਸੀ, ਤਾਂ ਤਾਹਾਂ ਮਾਰ ਇਹ ਕੁੜੀ ਰੋ ਰਹੀ ਸੀ ਕਿਉਂਕਿ ਇਸਦਾ ਸੁਹਾਗ ਉਜੜ ਗਿਆ ਸੀ। ਤਾਂ ਸੁਹਾਗ ਕਿਸੇ ਹੋਰ ਨੇ ਨਹੀਂ ਉਜਾੜਿਆ, ਆਪਣਿਆਂ ਨੇ ਹੀ ਉਜਾੜਿਆ ਸੀ। ਉਹ ਸਕੇ ਭਰਾ ਜਿਸਦੇ ਨਾਲ ਉੱਠੀ ਪੜ੍ਹੀ ਲਿਖੀ ਖੇਡੀ ਵੱਡੀ ਹੋਈ, ਤਾਂ ਉਹੀ ਸਕੇ ਭਰਾਵਾਂ ਨੇ ਆਪਣੀ ਭੈਣ ਦਾ ਸੁਹਾਗ ਉਜਾੜ ਦਿੱਤਾ ਸੀ, ਆਪਣੇ ਜੀਜੇ ਦਾ ਕਤਲ ਕਰ ਦਿੱਤਾ ਸੀ। ਦਰਅਸਲ ਅਭਿਸ਼ੇਕ ਅਤੇ ਨਿਸ਼ਾ ਨੇ ਲਵ ਮੈਰਿਜ ਕਰਾਈ ਸੀ, ਤਾਂ ਇਸੇ ਲਵ ਮੈਰਿਜ ਤੋਂ ਇਹ ਭਰਾ ਨਾਰਾਜ਼ ਸਨ, ਤਾਂ ਇਹਨਾਂ ਨੇ ਆਪਣੀ ਹੀ ਭੈਣ ਦੇ ਸੁਹਾਗ ਨੂੰ ਉਜਾੜ ਦਿੱਤਾ। ਦੇਖ ਸਕਦੇ ਹੋ ਜਿਸਦਾ ਕਿ ਅਜੇ ਚੂੜਾ ਵੀ ਨਹੀਂ ਬਾਹਾਂ ਤੋਂ ਲੱਥਾ ਹੋਇਆ, ਤਾਂ ਤਾਹਾਂ ਮਾਰ ਕੇ ਇਹ ਰੋ ਰਹੀ ਸੀ। ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੇ ਵਿੱਚ ਦੋ ਇਸ ਕੁੜੀ ਦੇ ਭਰਾ ਸ਼ਾਮਲ ਨੇ, ਜਿਨ੍ਹਾਂ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੇ ਹੀ ਜੀਜੇ ਦਾ ਕਤਲ ਕਰ ਦਿੱਤਾ ਸੀ। ਤਾਂ ਜਮੁਨਾ ਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ, ਤਾਂ ਹਰ ਇੱਕ ਦੀ ਅੱਖ ਨਮ ਹੋ ਗਈ ਸੀ। ਤਾਂ ਇੱਕ ਛੋਟਾ ਬੱਚਾ ਇਹਨਾਂ ਦਾ, ਤਾਂ ਆਪਣੇ ਹੀ ਜੀਜੇ ਦਾ ਇਹਨਾਂ ਭਰਾਵਾਂ ਨੇ ਕਤਲ ਕਰ ਦਿੱਤਾ ਸੀ, ਆਪਣੀ ਹੀ ਭੈਣ ਦਾ ਸੁਹਾਗ ਉਜਾੜ ਦਿੱਤਾ ਸੀਗਾ। ਤਾਂ ਇਹਨਾਂ ਦੋਨਾਂ ਨੇ ਲਵ ਮੈਰਿਜ ਕਰਾਈ ਸੀ, ਦੱਸਿਆ ਜਾ ਰਿਹਾ ਕਿ ਦੋਵਾਂ ਨੇ ਲਵ ਮੈਰਿਜ ਕਰਾਈ ਸੀ, ਅਭਿਸ਼ੇਕ ਅਤੇ ਨਿਸ਼ਾ। ਇਹਨਾਂ ਦੋਵਾਂ ਨੇ ਸਮਾਜ ਅਤੇ ਪਰਿਵਾਰ ਦੀਆਂ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਇੱਕ ਦੂਜੇ ਦੇ ਹੋ ਗਏ ਸੀ, ਇਹਨਾਂ ਨੇ ਲਵ ਮੈਰਿਜ ਕਰਾ ਲਈ ਸੀ। ਤਾਂ ਇੱਕ ਦੂਜੇ ਦੇ ਨਾਲ ਜੀਣ ਮਰਨ ਦੀਆਂ ਕਸਮਾਂ ਇਹਨਾਂ ਨੇ ਖਾਧੀਆਂ, ਪਰ ਪਿਆਰ ਦੇ ਇਹਨਾਂ ਦੇ ਦੁਸ਼ਮਣ ਆਪਣੇ ਹੀ ਸੀਗੇ, ਆਪਣੇ ਹੀ ਇਹਨਾਂ ਦੇ ਖੂਨ ਦੇ ਪਿਆਸੇ ਹੋਏ ਬੈਠੇ ਸੀ, ਜਿਨ੍ਹਾਂ ਨੇ ਬਦਲਾ ਲੈਣ ਦੀ ਸੋਚੀ। ਤਾਂ ਇੱਕ ਦਿਨ ਇਹਨਾਂ ਨੂੰ ਮੌਕਾ ਮਿਲ ਗਿਆ। ਦਰਅਸਲ ਅਭਿਸ਼ੇਕ ਅਤੇ ਰਿਸ਼ੂ ਦੇ ਵਿਆਹ ਤੋਂ ਬਾਅਦ ਕਰੀਬ ਇੱਕ ਸਾਲ ਤੋਂ ਜ਼ੀਰਕਪੁਰ ਦੇ ਵਿੱਚ ਰਹਿ ਰਹੇ ਸੀ। ਤਾਂ ਇਹਨਾਂ ਨੂੰ ਜਦੋਂ ਭਰਾਵਾਂ ਨੂੰ ਪਤਾ ਲੱਗਾ, ਮੌਕਾ ਮਿਲਿਆ, ਤਾਂ ਇਹਨਾਂ ਨੇ ਆਪਣੀ ਹੀ ਭੈਣ ਦਾ ਘਰ ਉਜਾੜ ਦਿੱਤਾ, ਆਪਣੇ ਹੀ ਜੀਜੇ ਦਾ ਕਤਲ ਕਰ ਦਿੱਤਾ। ਤਾਂ ਇਹ ਵਾਰਦਾਤ ਸਾਹਮਣੇ ਆਈ ਸੀਗੀ, ਦੱਸ ਦਈਏ ਕਿ ਜਮੁਨਾ ਨਗਰ ਦੇ ਵਿੱਚੋਂ ਇਹ ਵਾਰਦਾਤ ਸਾਹਮਣੇ ਆਈ ਸੀ। ਅਭਿਸ਼ੇਕ ਅਤੇ ਨਿਸ਼ਾ ਦੋਵੇਂ ਜਣੇ ਜ਼ੀਰਕਪੁਰ ਦੇ ਵਿੱਚ ਰਹਿੰਦੇ ਸੀ, ਤਾਂ ਉੱਥੋਂ ਅਭਿਸ਼ੇਕ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਜਮੁਨਾ ਨਗਰ ਪਹੁੰਚਿਆ ਸੀ। ਤਾਂ ਇਸਦਾ ਪਤਾ ਨਿਸ਼ਾ ਦੇ ਭਰਾਵਾਂ ਨੂੰ ਲੱਗ ਗਿਆ, ਦੋਵੇਂ ਭਰਾਵਾਂ ਨੂੰ ਲੱਗ ਗਿਆ। ਤਾਂ ਉਹ ਆਪਣੇ ਦੋਸਤਾਂ ਦੇ ਨਾਲ ਉੱਥੇ ਪਹੁੰਚ ਜਾਂਦੇ ਨੇ, ਤਾਂ ਅਭਿਸ਼ੇਕ ਅਤੇ ਉਸਦੇ ਦੋਸਤਾਂ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਤਾਂ ਉਸਦੇ ਵਿੱਚ ਆਪਣੀ ਹੀ ਭੈਣ ਦਾ ਇਹ ਸੁਹਾਗ ਉਜਾੜ ਦਿੰਦੇ ਨੇ, ਉਹ ਭਰਾ ਉਹ ਭੈਣ ਜਿਹੜੇ ਇਕੱਠੇ ਸੀਗੇ ਇੱਕ ਸਮੇਂ। ਤਾਂ ਇਸ ਤਰੀਕੇ ਦੀ ਵਾਰਦਾਤ ਨੂੰ ਇਹ ਭਰਾ ਅੰਜਾਮ ਦਿੰਦੇ ਨੇ, ਤਾਂ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ। ਇਹ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਵੇਲੇ ਇਸ ਕੁੜੀ ਦਾ ਸੁਹਾਗ ਉਜੜਿਆ, ਤਾਂ ਤਾਹਾਂ ਮਾਰ ਮਾਰ ਕੇ ਇਹ ਰੋਂਦੀ ਸੀ। ਇਹ ਤਸਵੀਰ ਉਸਦੇ ਪਤੀ ਦੀ, ਉਸਦੇ ਪਿਆਰ ਦੀ, ਜਿਸ ਦੇ ਖਾਤਰ ਉਸਨੇ ਆਪਣੇ ਘਰ ਦੇ ਛੱਡ ਦਿੱਤੇ ਸੀ, ਤਾਂ ਲਵ ਮੈਰਿਜ ਕਰਵਾ ਲਈ ਸੀ। ਤਾਂ ਇਸੇ ਤੋਂ ਇਹ ਦੋਵੇਂ ਭਰਾ, ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਬਾਕੀ ਸਾਰੇ ਫੈਮਿਲੀ ਮੈਂਬਰ ਤਾਂ ਰਾਜ਼ੀ ਸੀ, ਪਰ ਇਹ ਭਰਾ ਇਸ ਵਿਆਹ ਤੋਂ ਖੁਸ਼ ਨਹੀਂ ਸੀ, ਨਾਰਾਜ਼ ਸਨ। ਤਾਂ ਬਦਲਾ ਲੈਣ ਦੀ ਇਹਨਾਂ ਨੇ ਸੋਚੀ ਸੀ ਕਿ ਬਦਲਾ ਲਵਾਂਗੇ। ਤਾਂ ਇਹਨਾਂ ਨੇ ਮੌਕਾ ਮਿਲਿਆ, ਜਦੋਂ ਅਭਿਸ਼ੇਕ ਜਾਂਦਾ ਹੈ ਕਿਸੇ ਵਿਆਹ ਸਮਾਗਮ ਦੇ ਵਿੱਚ, ਤਾਂ ਉੱਥੇ ਪਹੁੰਚ ਜਾਂਦੇ ਨੇ, ਉੱਥੇ ਪਹੁੰਚ ਕੇ ਆਪਣੇ ਹੀ ਜੀਜੇ ਦਾ ਕਤਲ ਕਰ ਦਿੰਦੇ ਨੇ। ਤਾਂ ਹੁਣ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ, ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਕੁੜੀ ਦਾ ਪਰਿਵਾਰ ਜੋ ਹੈ ਉਹ ਤਾਂ ਰਾਜ਼ੀ ਸੀ, ਪਰ ਇਹ ਦੋ ਭਰਾ ਦੋਵੇਂ ਨਹੀਂ ਰਾਜ਼ੀ ਸੀ, ਇਸ ਵਿਆਹ ਤੋਂ ਖੁਸ਼ ਨਹੀਂ ਸੀ ਕਿ ਉਹਨਾਂ ਦੀ ਭੈਣ ਨੇ ਲਵ ਮੈਰਿਜ ਕਿਵੇਂ ਕਰਾ ਲਈ। ਤਾਂ ਇਹਨਾਂ ਨੇ ਸਮਾਜ ਅਤੇ ਪਰਿਵਾਰ ਦੀਆਂ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਇੱਕ ਦੂਜੇ ਦੇ ਹੋ ਗਏ ਸੀ, ਪਿਆਰ ਕੀਤਾ ਸੀ ਇਹਨਾਂ ਨੇ, ਬਸ ਇਹੀ ਅਪਰਾਧ ਕੀਤਾ ਸੀ ਕਿ ਦੋਵਾਂ ਨੇ ਵਿਆਹ ਕਰਾ ਲਿਆ। ਤਾਂ ਇਸੇ ਦੀ
ਇਸਦੇ ਭਰਾ ਰੰਜਿਸ਼ ਰੱਖਦੇ ਸੀ ਤਾਂ ਉਹਨਾਂ ਨੇ ਬਦਲਾ ਲੈਣ ਦੀ ਸੋਚੀ ਅਤੇ ਅਭਿਸ਼ੇਕ ਨੂੰ ਜਦੋਂ ਮੌਕਾ ਇਹਨਾਂ ਨੂੰ ਮਿਲਿਆ ਤਾਂ ਉੱਥੇ ਜਾ ਕੇ ਤਲਵਾਰਾਂ ਦੇ ਨਾਲ ਵੜ ਦਿੱਤਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ, ਇਸ ਕੁੜੀ ਦੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਦੋ ਇਸਦੇ ਭਰਾ ਅਤੇ ਬਾਕੀ ਉਹਨਾਂ ਦੇ ਸਾਥੀ ਨੇ, ਤਾਂ ਕੁੱਲ 5 ਆਰੋਪੀਆਂ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਤਾਂ ਇਹ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਦੀ, ਇਹ ਤਸਵੀਰ ਜਦੋਂ ਸਾਹਮਣੇ ਆਈ ਸੀ ਤਾਂ ਹਰ ਇੱਕ ਦੀ ਅੱਖ ਨਮ ਹੋ ਗਈ ਸੀ ਕਿ ਆਖਰ ਪਿਆਰ ਦੀ ਸਜ਼ਾ ਇਸ ਤਰੀਕੇ ਦੀ। ਆਪਣੀ ਹੀ ਭੈਣ ਦਾ ਘਰ ਉਜਾੜ ਦਿੱਤਾ, ਉਹ ਵੀ ਸਕੇ ਭਰਾਵਾਂ ਨੇ ਜੋ ਨਾਲ ਖੇਡੇ ਨਾਲ ਪਲੇ ਵੱਡੇ ਹੋਏ, ਤਾਂ ਉਹਨਾਂ ਨੇ ਹੀ ਇਸ ਤਰੀਕੇ ਦੇ ਨਾਲ ਆਪਣੀ ਭੈਣ ਦਾ ਸੁਹਾਗ ਉਜਾੜ ਦਿੱਤਾ, ਘਰ ਉਜਾੜ ਦਿੱਤਾ। ਤਾਂ ਨਿਸ਼ਾ ਦੀ ਹੱਸਦੀ ਖੇਲਦੀ ਜ਼ਿੰਦਗੀ ਨੂੰ ਇਹਨਾਂ ਨੇ ਭਰਾਵਾਂ ਨੇ ਉਜਾੜ ਕੇ ਰੱਖ ਦਿੱਤੀ। ਉਸਨੂੰ ਆਪਣੇ ਆਪਣਿਆਂ ਦਾ ਅਜਿਹਾ ਦੁੱਖ ਲੱਗਾ ਕਿ ਉਹ ਮਰਦੇ ਦਮ ਤੱਕ ਯਾਦ ਰੱਖੇਗੀ, ਕਦੀ ਭੁੱਲ ਨਹੀਂ ਪਾਏਗੀ। ਤਾਂ ਹੁਣ ਉਹ ਸਿਰਫ ਨਿਸ਼ਾ ਅਭਿਸ਼ੇਕ ਦੀਆਂ ਯਾਦਾਂ ਦੇ ਸਹਾਰੇ ਸਹੁਰੇ ਘਰ ਰਹਿ ਰਹੀ ਹੈ। ਤਾਂ ਇਹ ਤਸਵੀਰ ਦੇਖ ਸਕਦੇ ਹੋ, ਉਸ ਵੇਲੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਇਸਦਾ ਸੁਹਾਗ ਇਸਦੇ ਹੀ ਭਰਾਵਾਂ ਨੇ ਹੱਥੀ ਉਜਾੜ ਦਿੱਤਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਦੱਸ ਦਈਏ ਕਿ ਜ਼ੀਰਕਪੁਰ ਦੇ ਵਿੱਚ ਅਭਿਸ਼ੇਕ ਅਤੇ ਨਿਸ਼ਾ ਦੋਵੇਂ ਰਹਿੰਦੇ ਸੀ, ਤਾਂ ਜਮੁਨਾ ਨਗਰ ਦੇ ਵਿੱਚ ਅਭਿਸ਼ੇਕ ਗਿਆ ਸੀ ਕਿਸੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ। ਉੱਥੇ ਹੀ ਉਹਦੇ ਸਾਲੇ ਪਹੁੰਚਦੇ ਨੇ ਤਾਂ ਉਸਨੂੰ ਤਲਵਾਰਾਂ ਦੇ ਨਾਲ ਵੱਢ ਦਿੱਤਾ ਜਾਂਦਾ ਹੈ, ਆਪਣੇ ਸਾਥੀਆਂ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਤਾਂ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ, ਇਹ ਦੇਖ ਸਕਦੇ ਹੋ ਇਹੀ ਉਹ ਆਰੋਪੀ ਨੇ ਜਿਨ੍ਹਾਂ ਨੇ ਆਪਣੀ ਹੀ ਭੈਣ ਦਾ ਘਰ ਉਜਾੜ ਦਿੱਤਾ ਹੈ। ਇਹ ਤਸਵੀਰ ਬੇਹੱਦ ਰੁਲਾ ਦੇਣ ਵਾਲੀ ਤਸਵੀਰ ਹੈ। ਉਹ ਭੈਣ ਜਿਸਦੇ ਹੱਥਾਂ ਦੇ ਵਿੱਚੋਂ ਹੱਲੇ ਚੂੜਾ ਵੀ ਨਹੀਂ ਲੱਥਾ ਸੀ, ਉਸਦਾ ਘਰ ਉਜਾੜ ਦਿੱਤਾ। ਇੱਕ ਛੋਟਾ ਜਿਹਾ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਜਵਾਕ ਵੀ ਹੈ, ਉਸ 'ਤੇ ਵੀ ਇਹਨਾਂ ਨੂੰ ਤਰਸ ਨਹੀਂ ਆਇਆ, ਮਾਮੇ ਸੀ ਇਹ ਉਸਦੇ, ਉਹਨਾਂ 'ਤੇ ਵੀ ਤਰਸ ਨਹੀਂ ਕੀਤਾ, ਤਾਂ ਆਪਣੇ ਭੈਣ ਦਾ ਘਰ ਉਜਾੜ ਦਿੱਤਾ। ਤਾਂ ਫਿਲਹਾਲ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ, ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ, ਪਰ ਨਿਸ਼ਾ ਦੀ ਹੱਸਦੀ ਖੇਡ ਦੀ ਜ਼ਿੰਦਗੀ ਹਮੇਸ਼ਾ ਲਈ ਉਜੜ ਗਈ ਹੈ। ਤਾਂ ਹੁਣ ਉਹ ਅਭਿਸ਼ੇਕ ਦੇ ਯਾਦਾਂ ਦੇ ਸਹਾਰੇ ਆਪਣੇ ਸਹੁਰੇ ਘਰ ਰਹਿ ਰਹੀ ਹੈ। ਗ੍ਰਿਫਤਾਰ ਹੈ ਜਿਸਮੇ ਦੋ ਸਕੇ ਭਾਈ ਹੈ ਔਰ ਦੋਨੋਂ ਨੇ ਹੀ ਆਪਣੀ ਬਹਿਨ ਕੇ ਲਵ ਮੈਰਿਜ ਕੀ ਕਾ ਬਦਲਾ ਲੈਣੇ ਕੇ ਲੀਏ ਇਹ ਹੱਤਿਆ ਕੀ ਹੈ ਔਰ ਯਹੀ ਮੇਨ ਮੋਟਿਵ ਰਹੇ ਉਨਕਾ ਔਰ ਇਹਨੋਨੇ ਆਪਣੇ ਦੋਸਤੋਂ ਕੇ ਸਾਥ ਮਿਲ ਕਰ ਕੁੱਲ 5 ਆਰੋਪੀਓ ਕੇ ਸਾਥ ਮਿਲ ਕਰ ਇਹ ਹੱਤਿਆ ਕੀ ਹੈ। ਬਾਕੀ ਦੋ ਆਦਮੀਓ ਕੋ ਹੋਰ ਚੋਟੇ ਪਹੁੰਚਾਈ ਹੈ ਜੋ ਇਲਾਜ ਜੇਲ ਇਲਾਜ ਹੈ। ਹਮਨੇ ਇਨਕੋ ਕੱਲ ਗ੍ਰਿਫਤਾਰ ਕਰ ਲਿਆ ਥਾ ਔਰ ਆਜ ਅਦਾਲਤ ਮੇਂ ਪੇਸ਼ ਕੀਆ ਜਿਨਕੇ ਦੋ ਦਿਨ ਪੁਲਿਸ ਰਿਮਾਂਡ ਲਿਆ ਗਿਆ ਹੈ। ਸਰ ਵਾਰਦਾਤ ਚਿੱਟਾ ਮੰਦਿਰ ਕੇ ਪਾਸ ਹਨੂਮਾਨ ਕਲੋਨੀ ਮੇਂ ਹੋਈ ਥੀ ਔਰ ਵਹੀਂ ਯੇ ਜੋ ਪੀੜਿਤ ਹੈ ਉਹ ਆਪਣੀ ਤਾਊ ਕੀ ਲੜਕੀ ਕੀ ਸਾਥੀ ਮੇਂ ਆਇਆ ਹੁਆ ਥਾ ਜਹਾਂ ਪਰ ਇਹ ਉਹ ਗਾਡੀ ਮੇਂ ਬੈਠੇ ਥੇ ਔਰ ਵਹਾਂ ਪਰ ਉਨਕੋ ਚਾਕੂ ਸੇ ਵਾਰ ਕਰਕੇ ਔਰ ਗ੍ਰਨੇਡ ਵਗੈਰਾ ਸੇ ਵਾਰ ਕਰਕੇ ਚੋਟੇ ਪਹੁੰਚਾਈ ਹੈ ਜਿਨਸੇ ਹਸਪਿਟਲ ਜਾਤੇ ਜਾਤੇ ਉਹ ਐਕਸਪਾਇਰ ਹੋ ਗਏ। ਗ੍ਰਿਫਤਾਰ ਹੈ ਜਿਸਮੇ ਦੋ ਸਕੇ ਭਾਈ ਹੈ ਔਰ ਦੋਨੋਂ ਨੇ ਹੀ ਆਪਣੀ ਬਹਿਨ ਕੇ ਲਵ ਮੈਰਿਜ ਕੀ ਕਾ ਬਦਲਾ ਲੈਣੇ ਕੇ ਲੀਏ ਇਹ ਹੱਤਿਆ ਕੀ ਹੈ ਔਰ ਯਹੀ ਮੇਨ ਮੋਟਿਵ ਰਹੇ ਉਨਕਾ ਔਰ ਇਹਨੋਨੇ ਆਪਣੇ ਦੋਸਤੋਂ ਕੇ ਸਾਥ ਮਿਲ ਕਰ ਕੁੱਲ 5 ਆਰੋਪੀਓ ਕੇ ਸਾਥ ਮਿਲ ਕਰ ਇਹ ਹੱਤਿਆ ਕੀ ਹੈ। ਬਾਕੀ ਦੋ ਆਦਮੀਓ ਕੋ ਹੋਰ ਚੋਟੇ ਪਹੁੰਚਾਈ ਹੈ ਜੋ ਇਲਾਜ ਜੇਲ ਇਲਾਜ ਹੈ। ਹਮਨੇ ਇਨਕੋ ਕੱਲ ਗ੍ਰਿਫਤਾਰ ਕਰ ਲਿਆ ਥਾ ਔਰ ਆਜ ਅਦਾਲਤ ਮੇਂ ਪੇਸ਼ ਕੀਆ ਜਿਨਕੇ ਦੋ ਦਿਨ ਪੁਲਿਸ ਰਿਮਾਂਡ ਲਿਆ ਗਿਆ ਹੈ। ਸਰ ਵਾਰਦਾਤ ਚਿੱਟਾ ਮੰਦਿਰ ਕੇ ਪਾਸ ਹਨੂਮਾਨ ਕਲੋਨੀ ਮੇਂ ਹੋਈ ਥੀ ਔਰ ਵਹੀਂ ਯੇ ਜੋ ਪੀੜਿਤ ਹੈ ਉਹ ਆਪਣੀ ਤਾਊ ਕੀ ਲੜਕੀ ਕੀ ਸਾਥੀ ਮੇਂ ਆਇਆ ਹੁਆ ਥਾ ਜਹਾਂ ਪਰ ਇਹ
वो गाड़ी में बैठे थे और वहाँ पर उनको चाकू से वार करके और किनार वगैरह से वार करके छोटे बताइए, जिनसे ट्विटर जाते जाते वो एक्सपायर हो गए, गिरफ्तार है, जिसमें दो दो सगे भाई हैं और दोनों ने